ਉਸ ਮੰਦਰ ਦੇ ਉੱਤੇ ਕਿ ਮੁਸਲਮਾਨਾਂ ਦਾ ਕੋਈ ਅਧਿਕਾਰੀ ਐਜ਼ ਏ ਪ੍ਰਬੰਧਕ ਲੱਗ ਸਕਦਾ? ਉੱਥੇ ਤਾਂ ਬ੍ਰਾਹਮਣ ਹੀ ਲੱਗੇਗਾ, ਉੱਥੇ ਬ੍ਰਾਹਮਣ ਹੀ ਲੱਗੇਗਾ, ਮੁਸਲਮਾਨ ਜਾ ਕਰਕੇ ਉੱਥੇ ਪ੍ਰਬੰਧਕ ਨਹੀਂ ਲੱਗ ਸਕਦਾ। ਫਿਰ ਸਿੱਖਾਂ ਦੇ ਤਖਤਾਂ ਦੇ ਉੱਤੇ ਇੱਕ ਗੈਰ ਸਿੱਖ ਕਿਵੇਂ ਲੱਗ ਸਕਦਾ? ਇਹ ਬੇਸਿਕਲੀ ਸਾਡੇ ਜਜ਼ਬਾਤਾਂ ਨਾਲ, ਸਾਡੇ ਸਿਧਾਂਤ ਨਾਲ, ਸਾਡੇ ਇਤਿਹਾਸ ਨਾਲ, ਸਾਡੇ ਆਦਰਸ਼ ਨਾਲ ਸਾਡੇ ਨਾਲ ਖੇਡ ਕੀਤੀ ਜਾ ਰਹੀ ਹੈ ਔਰ ਸਾਨੂੰ ਗੁਲਾਮ ਬਣਾ ਕੇ ਰੱਖਿਆ ਜਾ ਰਿਹਾ ਹੈ। ਅਗਰ ਅੱਜ ਸਿੱਖ ਕੌਮ ਜਿਹੜਾ ਹੈ ਜ਼ਬਰਦਸਤ ਤਰੀਕੇ ਨਾਲ ਰੋਸ ਪ੍ਰਗਟ ਨਹੀਂ ਕਰਦੀ, ਤਾਂ ਮੈਂ ਸਮਝਦਾ ਹਾਂ ਕਿ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਵੀ ਜਿਹੜੇ 3 ਤਖਤ ਨੇ ਇਹਨਾਂ ਵਾਸਤੇ ਕੋਈ ਨਾ ਕੋਈ ਕਾਨੂੰਨ ਬਣਾ ਕਰਕੇ ਸਾਨੂੰ ਇਸੇ ਤਰੀਕੇ ਦੇ ਨਾਲ ਗੁਲਾਮ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰੇਗੀ। ਪ੍ਰੋਫੈਸਰ ਸਾਹਿਬ, ਲੇਕਿਨ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦਾ ਕੋਈ ਵੀ ਇਸ ਤਰ੍ਹਾਂ ਦਾ ਮੈਸੇਜ ਨਹੀਂ ਆ ਰਿਹਾ, ਤੁਸੀਂ ਪ੍ਰੈਸ ਕਾਨਫਰੰਸ ਵੀ ਕਰ ਰਹੇ ਹੋ, ਲੇਕਿਨ ਉਹਨਾਂ ਦੇ ਜਦੋਂ ਵੀ ਇਸ ਤਰ੍ਹਾਂ ਸਿੱਖ ਕੌਮ 'ਤੇ ਕੋਈ ਵੀ ਹਮਲਾ ਹੁੰਦਾ, ਲੇਕਿਨ ਉਹਨਾਂ ਦਾ ਕੋਈ ਬਿਆਨ ਜਾਰੀ ਨਹੀਂ ਹੁੰਦਾ, ਕੀ ਕਾਰਨ ਸਮਝਦੇ ਇਸ ਪਿੱਛੇ? ਦੇਖੋ, ਇੱਕ ਤਾਂ ਰਘਬੀਰ ਸਿੰਘ ਸਾਹਿਬ ਵੱਲੋਂ ਬਿਆਨ ਆਇਆ, ਪਹਿਲੀ ਗੱਲ ਤਾਂ ਹੁਣ ਜਿਹੜਾ ਵੀ ਉਹਨਾਂ ਦਾ ਬਿਆਨ ਆਉਂਦਾ, ਮੈਂ ਸਮਝਦਾ ਕਿ ਅਸੀਂ ਇੱਕ ਆਜ਼ਾਦ ਹਾਂ। ਜਥੇਦਾਰ ਜਗਤਾਰ ਸਿੰਘ ਹਵਾਰਾ ਬੇਸ਼ੱਕ ਉਹ ਤਿਹਾੜ ਜੇਲ੍ਹ 'ਚ ਨੇ, ਲੇਕਿਨ ਉਹ ਆਜ਼ਾਦ ਸ਼ੇਰ ਹੈ ਔਰ ਉਹਨਾਂ ਦਾ ਸੁਨੇਹਾ ਆਇਆ ਕਿ ਬਈ ਇਹ ਪ੍ਰੈਸ ਕਾਨਫਰੰਸ ਕਰੋ। ਬਾਪੂ ਗੁਰਚਰਨ ਸਿੰਘ ਨੂੰ ਸੁਨੇਹਾ ਆਇਆ, ਉਹਨਾਂ ਨੇ ਕਿਹਾ ਕਿ ਬਈ ਤੁਸੀਂ ਪ੍ਰੈਸ ਕਾਨਫਰੰਸ ਕਰੋ। ਇਹਦਾ ਮਤਲਬ ਕੀ ਹੈ ਕਿ ਜਥੇਦਾਰ ਅੰਦਰ ਬੈਠੇ, ਜਥੇਦਾਰ ਹਵਾਰਾ ਅੰਦਰ ਬੈਠੇ ਅਖਬਾਰਾਂ ਪੜ੍ਹ ਰਹੇ ਨੇ ਔਰ ਕਹਿ ਰਹੇ ਨੇ ਕਿ ਵੀ ਇਹ ਸਭ ਕੁਝ ਗਲਤ ਹੋ ਗਿਆ, ਸਾਡੀ ਸਿੱਖ ਕੌਮ ਨਾਲ ਗਲਤ ਹੋ ਰਿਹਾ। ਉਹ ਅੰਦਰ ਬੈਠਾ ਵੀ ਐਜ਼ ਏ ਜਥੇਦਾਰ ਆਪਣੀ ਡਿਊਟੀ, ਆਪਣੀ ਜ਼ਿੰਮੇਵਾਰੀ ਜਿਹੜੀਆਂ ਨੇ ਉਹ ਨਿਭਾ ਰਹੇ ਨੇ। ਬੇਸ਼ੱਕ ਉਹਨਾਂ ਨੇ ਅੰਦਰੋਂ ਪ੍ਰੈਸ ਕਾਨਫਰੰਸ ਨਹੀਂ ਕਰ ਸਕਦੇ, ਲੇਕਿਨ ਅਸੀਂ ਉਹਨਾਂ ਦੇ ਨੁਮਾਇੰਦੇ ਬਣ ਕੇ, ਅਸੀਂ ਸਾਰੇ ਉਹਨਾਂ ਦੇ ਨੁਮਾਇੰਦੇ ਹਾਂ, ਅਸੀਂ ਉਹਨਾਂ ਦੀ ਜ਼ਿੰਮੇਵਾਰੀ ਜਿਹੜੀ ਹੈ ਨਿਭਾ ਰਹੇ ਹਾਂ ਔਰ ਇਸ ਜਿਹੜਾ ਕਾਨੂੰਨ ਬਣਾਇਆ ਗਿਆ ਇਸ ਨੂੰ ਅਸੀਂ ਮੂਲੋਂ ਰੱਦ ਕਰ ਰਹੇ ਹਾਂ ਅਤੇ ਨਾਲ ਦੇ ਨਾਲ ਅਸੀਂ ਸਾਰੀ ਸਿੱਖ ਕੌਮ ਨੂੰ, ਚਾਹੇ ਉਹ ਵਿਦੇਸ਼ਾਂ 'ਚ ਬੈਠੇ ਨੇ, ਸਾਡੇ ਨਾਲ ਭੁਪਿੰਦਰ ਸਿੰਘ ਜੀ ਜਰਮਨੀ, ਇਹ ਵਿਦੇਸ਼ 'ਚੋਂ ਆਏ ਨੇ, ਇਹ ਵੀ ਵਿਦੇਸ਼ ਦੀ ਭਾਵਨਾਵਾਂ ਲੈ ਕਰਕੇ, ਵਿਦੇਸ਼ੀਆਂ ਦੀ ਭਾਵਨਾਵਾਂ ਲੈ ਕਰਕੇ ਸਾਡੇ ਨਾਲ ਸ਼ਾਮਿਲ ਹੋਏ ਨੇ ਕਿ ਵੀ ਵਿਦੇਸ਼ ਦਾ ਸਿੱਖ ਵੀ ਇਸ ਨੂੰ ਰਿਜੈਕਟ ਕਰਦਾ, ਅਸੀਂ ਵੀ ਰਿਜੈਕਟ ਕਰਦੇ ਨੇ, ਅਸੀਂ ਪੰਜ ਪਿਆਰੇ ਵੀ ਰਿਜੈਕਟ ਕਰ ਰਹੇ ਨੇ। ਸੋ ਭਾਵ ਕਹਿਣ ਦਾ ਲੋੜ ਹੈ, ਅੱਜ ਦੇਸ਼ ਵਿਦੇਸ਼ ਦੀਆਂ ਸੰਗਤਾਂ ਹਰ ਸ਼ਹਿਰ ਤੋਂ ਆਪਣਾ ਇੱਕ ਰੋਸ ਜਿਹੜਾ ਹੈ ਸਰਕਾਰ ਤੱਕ ਪਹੁੰਚਾਉਣ ਔਰ ਇਸ ਨੂੰ ਰੱਦ ਕਰਵਾਇਆ ਜਾਏ। ਦੇਖੋ, ਵੱਖ ਵੱਖ ਪਾਰਟੀਆਂ ਹੋਣ ਦਾ ਮਤਲਬ ਇਹ ਨਹੀਂ ਹੈਗਾ, ਵੱਖ ਵੱਖ ਪਾਰਟੀਆਂ ਹੁੰਦੀਆਂ ਨੇ ਲੇਕਿਨ ਸਾਡੀ ਵਿਚਾਰਧਾਰਾ ਇੱਕ ਹੋਣੀ ਚਾਹੀਦੀ ਹੈ। ਔਰ ਵਿਸ਼ੇਸ਼ ਤੌਰ 'ਤੇ ਜਿਸਲੇ ਅੱਜ ਸਾਡੇ 'ਤੇ ਜੋ ਇੱਕ ਚੁਣੌਤੀ ਬਣੀ ਹੈ, ਸਾਨੂੰ ਸਰਕਾਰ ਨੇ ਵੰਗਾਰਿਆ ਇੱਕ ਪ੍ਰਕਾਰ ਦੇ ਨਾਲ, ਐਸੇ ਟਾਈਮ ਦੇ ਉੱਤੇ ਸਾਨੂੰ ਆਪਣੀ ਸੋਲੀਡੈਰਿਟੀ, ਸਾਨੂੰ ਆਪਣੀ ਏਕਤਾ ਜਿਹੜੀ ਹੈ ਦਿਖਾਉਣੀ ਚਾਹੀਦੀ ਹੈ, ਜਿਹਦੇ ਨਾਲ ਕਿ ਨਰਿੰਦਰ ਮੋਦੀ ਸਰਕਾਰ ਨੂੰ ਅਤੇ ਮਹਾਰਾਸ਼ਟਰ ਦੇ ਵਿੱਚ ਜਿਹੜੀ ਸ਼ਿਵ ਸੈਨਾ ਸਰਕਾਰ ਹੈ, ਭਾਈਵਾਲੀ ਜਿਹੜੀ ਹੈ ਬੀਜੇਪੀ ਦੀ ਹੈ, ਉਹਨਾਂ ਕੋਲ ਸੁਨੇਹਾ ਜਾਏ। ਹੋਰ ਮੈਂ ਅੰਤ ਦੇ ਵਿੱਚ ਇਹ ਵੀ ਕਹਾਂਗਾ ਕਿ ਸਿੱਖਾਂ ਦੇ ਵਾਸਤੇ ਕਾਂਗਰਸ ਐਂਡ ਬੀਜੇਪੀ, ਇਹ ਇੱਕ ਸਿੱਕੇ ਦੇ ਦੋ ਪਹਿਲੂ ਨੇ, ਵੱਖਰੇ ਵੱਖਰੇ ਨੇ। ਇਹਨਾਂ ਦੇ ਵਿੱਚ ਜੇ ਮੈਂ ਇੰਗਲਿਸ਼ ਵਿੱਚ ਗੱਲ ਕਹਾਂ ਕਿ ਕਾਂਗਰਸ ਇਜ਼ ਅਗੇਂਸਟ ਦਾ ਸਿੱਖਸ ਐਂਡ ਬੀਜੇਪੀ ਇਜ਼ ਅਗੇਂਸਟ ਦਾ ਸਿੱਖਇਜ਼ਮ, ਤਾਂ ਮੈਨੂੰ ਲੱਗਦਾ ਹੈ ਕਿ ਇਹ 'ਚ ਸਾਰੀ ਗੱਲ ਮੁਕੰਮਲ ਹੋ ਜਾਂਦੀ ਹੈ। ਭਾਰਤੀ ਜਨਤਾ ਪਾਰਟੀ ਸਾਡੀ ਮਿੱਤਰ ਨਹੀਂ ਬਣ ਸਕਦੀ।